ਰਹੇ ਹੋ ਵੀ ਜਿਹੜਾ ਪ੍ਰਸ਼ਾਸਨ ਨੇ ਸਾਨੂੰ ਇੱਕ ਪ੍ਰਾਈਵੇਟ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਅਤੇ ਉਹ ਬੀਜੇਪੀ ਸਰਕਾਰ ਜਿਹੜੀ ਮੋਦੀ ਦੀ ਸੀਗੀ, ਤੁਸੀਂ ਦੇਖੇ ਪਿਛਲੇ ਸਾਲ ਤੋਂ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ, 750 ਕਿਸਾਨ ਮਾਰ ਕੇ, ਅਤੇ ਜਿਹੜੇ ਇਹਨਾਂ ਨੇ ਸਾਡੇ ਮੈਨੀਫੈਸਟੋ 'ਚ ਵਾਅਦੇ ਕੀਤੇ ਸੀ, ਜਿਹਨਾਂ ਦੇ ਹੁਣ ਆਪਣਾ ਅੰਦੋਲਨ ਖਨੌਰੀ ਬਾਰਡਰ 'ਤੇ ਚੱਲ ਰਿਹਾ, ਉਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਨੇ ਸਰਕਾਰ ਨੇ ਅੱਜ ਤੱਕ ਕਿਸਾਨਾਂ ਦੀ ਸਾਰ ਨਹੀਂ ਲਈ, ਮਜ਼ਦੂਰਾਂ ਦੀ ਸਾਰ ਨਹੀਂ ਲਈ, ਅਤੇ ਫਿਰ ਅੱਜ ਜਦੋਂ ਸਾਡਾ ਸ਼ੁਭ ਕਰਨ ਇਹਨਾਂ ਨੇ ਉੱਥੇ ਸ਼ਹੀਦ ਕੀਤਾ, ਜਦੋਂ ਸਾਨੂੰ ਜਦੋਂ ਅਸੀਂ ਦਿੱਲੀ ਆਪਣੀ ਦਿੱਲੀ ਦੇ ਵਿੱਚ ਜਾ ਰਹੇ ਸੀ ਅਤੇ ਇਹਨਾਂ ਨੇ ਸਾਨੂੰ ਦਿੱਲੀ ਜਾਣ ਨਹੀਂ ਦਿੱਤਾ ਬਾਰਡਰਾਂ 'ਤੇ, ਅੱਜ ਅਤੇ 3 ਮਹੀਨੇ ਹੋ ਗਿਆ ਸਾਨੂੰ, 22 ਤਰੀਕ ਨੂੰ 100 ਦਿਨ ਪੂਰਾ ਹੋ ਜਾਣਾ, ਉੱਥੇ ਸਾਡੇ ਕਿਸਾਨ ਰੁਲਦੇ ਪਏ ਆ। ਦੂਜੇ ਪਾਸੇ ਇਹ 10 ਸਾਲ ਸਾਡਾ ਨੁਕਸਾਨ ਕਰਕੇ ਅਮੀਰ ਘਰਾਣਿਆਂ ਦੇ ਹੱਥਾਂ ਦੇ ਵਿੱਚ ਖੇਡ ਕੇ, ਦੇ ਸਾਰਾ 2 ਡਾਨੀ ਬਾਨੀ ਦੇ ਹੱਥਾਂ ਵਿੱਚ ਦੇ ਕੇ ਸਾਰੀ ਜਨਤਾ ਦਾ ਗਲ ਘੁੱਟ ਕੇ, ਅੱਜ ਇਹ ਸਾਡੇ ਜਿਹੜੇ ਇਹ ਲੀਡਰ ਨੇ, ਚਾਹੇ ਇੱਥੋਂ ਸੁਨੀਲ ਕੁਮਾਰ ਜਾਖੜ ਜੀ ਨੇ, ਚਾਹੇ ਇੱਥੋਂ ਸੋਢੀ ਸਾਹਿਬ ਨੇ ਜਿਹਨਾਂ ਨੂੰ ਵੋਟ ਮਿਲੀ ਹੈ, ਇਹਨਾਂ ਨੇ ਅੱਜ ਉਹਨਾਂ ਕਿਸਾਨਾਂ ਦੇ ਪਿੱਠ 'ਚ ਛੁਰਾ ਮਾਰਿਆ, ਉਸ ਇਸ਼ਤਿਹਾਰੇ ਬੰਦੇ ਦੇ ਨਾਲ, ਮੋਦੀ ਦੇ ਨਾਲ ਖੜ ਕੇ ਆ ਜਾ ਕੇ, ਜਿਹਦੇ ਹੱਥ ਜਿਹੜੇ ਹੈਗੇ ਆ ਖੂਨ ਕਿਸਾਨਾਂ ਦੇ ਅਤੇ ਮਜ਼ਦੂਰਾਂ ਦੇ ਖੂਨ ਦੇ ਨਾਲ ਰੰਗੇ ਹੋਏ ਆ, ਅਤੇ ਅੱਜ ਅਸੀਂ ਉਹਨਾਂ ਨੂੰ ਇੱਥੇ ਸਵਾਲ ਪੁੱਛਣ ਵਾਸਤੇ ਆਏ ਸੀਗੇ, ਜਿਹੜਾ ਆਪਣਾ ਜਾਖੜ ਸਾਹਿਬ ਕਹਿੰਦੇ ਸੀ ਵੀ ਡੱਲੇਵਾਲ ਸਾਹਿਬ ਮੇਰੇ ਕੋਲ ਆ ਜਾਣ, ਮੈਨੂੰ ਦੱਸਣ, ਮੈਂ 4 ਜਿਹੜੇ ਪੰਜਾਬ ਨੂੰ 4 ਫਸਲਾਂ ਦੀ MSP ਦੀ ਲੋੜ ਹੈ ਮੈਂ ਲੈ ਕੇ ਦਿੰਦਾ। ਮੈਂ ਅੱਜ ਜਾਖੜ ਸਾਹਿਬ ਨੂੰ ਤੁਹਾਡੇ ਮਾਧਿਅਮ ਰਾਹੀਂ ਪੁੱਛਦਾ ਵੀ ਸਾਡੇ ਕੋਲ ਇੱਥੇ ਹਬੋਰ ਏਰੀਏ ਦੇ ਵਿੱਚ ਕਿੰਨੂ ਦੇ ਬਾਗ ਜਿਹੜੇ ਹੈਗੇ ਨੇ, ਤੁਹਾਡੀਆਂ ਅੱਖਾਂ ਸਾਹਮਣੇ ਤੁਹਾਡੇ ਨੱਕ ਦੇ ਥੱਲੇ ਰੁੜ ਗਏ ਨੇ, ਸੜ ਗਏ ਨੇ, ਸੁੱਕ ਗਏ ਨੇ, ਤੁਸੀਂ ਕਿਸ ਟਾਈਮ ਮੋਦੀ ਦੇ ਨਾਲ ਜਾ ਕੇ ਮੀਟਿੰਗ ਕਰਕੇ ਸਾਡੇ ਇਸ ਏਰੀਏ 'ਤੇ ਹਾਂ ਦਾ ਨਾਰਾ ਮਾਰਿਆ? ਦੂਜੇ ਪਾਸੇ ਸਾਡੇ ਇੱਥੇ ਜੌਂਆਂ ਦੀ ਫਸਲ ਹੁੰਦੀ ਆ, ਸਾਡੇ ਇੱਥੇ ਨਰਮੇ ਦੀ ਫਸਲ ਹੁੰਦੀ ਆ, ਸਾਡੀ ਇੱਥੇ ਸਰੋਂ ਹੁੰਦੀ ਆ, ਅੱਜ ਅੱਧੇ ਰੇਟਾਂ 'ਤੇ ਵਿਕਦੀ ਪਈ ਹੈ, ਤੁਸੀਂ ਉਹਨਾਂ ਦੀਆਂ ਫਸਲਾਂ 'ਤੇ ਸਾਡੀ MSP ਲੈ ਕੇ ਦਿਓ? ਕਿਉਂ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਦੇ ਜੀ? ਅੱਜ ਜੇ ਤੁਹਾਡੀ ਕਿਸਾਨਾਂ 'ਤੇ ਪੰਜਾਬ ਦੇ ਨਾਲ ਖੜਨ ਦੀ ਲੋੜ ਸੀ ਤਾਂ ਤੁਸੀਂ ਜਾ ਕੇ BJP ਨਾਲ ਖੜੇ ਜੀ। ਬਸ ਇਹਨਾਂ ਨੂੰ ਪਿੰਡਾਂ ਵਿੱਚ ਵੀ ਇੱਦਾਂ ਭਜਾਵਾਂਗੇ, ਹਰੇਕ ਜਗ੍ਹਾ 'ਤੇ ਸਵਾਲ ਕਰਾਂਗੇ। ਜੇ ਅੱਜ ਮੈਂ ਜਾਖੜ ਸਾਹਿਬ ਨੂੰ ਫਿਰ ਪੁੱਛਣਾ, ਤੁਸੀਂ ਪੰਜਾਬ ਦੇ ਅਹੁਦੇਦਾਰ ਹੋ, ਤੁਸੀਂ ਪੰਜਾਬ ਦੇ ਪ੍ਰਧਾਨ ਹੋ, ਜੇ ਤੁਹਾਡੇ ਦੇ ਵਿੱਚ ਇੰਨਾ ਕੁ ਦਮ ਹੈਗਾ ਤਾਂ ਸਾਡੇ ਇੱਥੇ ਸਵਾਲਾਂ ਦਾ ਜਵਾਬ ਦੇ ਜਾਓ। ਇਹ ਅੱਜ ਸਾਡੇ ਕੋਲ ਵੋਟਾਂ ਮੰਗਣ ਆਏ ਨੇ, ਅੱਜ ਸਾਡਾ ਹੱਕ ਬਣਦਾ ਸਵਾਲ ਪੁੱਛਣ ਦਾ, ਕਿਉਂਕਿ 5 ਸਾਲ ਇਹਨਾਂ ਸਾਨੂੰ ਲੁੱਟਦੇ ਹੀ ਰਹੇ ਨੇ, ਅੱਜ ਦੀਆਂ ਇਹਨਾਂ ਨੇ ਵੋਟਾਂ ਲੈ ਕੇ ਮੁੜ ਕੇ ਕਿਸੇ ਨੇ ਮੂੰਹ ਨਹੀਂ ਦਿਖਾਉਣਾ, ਭਲਾ ਕੋਈ BJP ਵਾਲਾ, ਭਲਾ ਕੋਈ ਕਾਂਗਰਸ ਵਾਲਾ, ਭਲਾ ਕੋਈ ਅਕਾਲੀ ਦਲ ਹੈ, ਭਲਾ ਕੋਈ ਆਪ ਵਾਲਾ, ਕੋਈ ਵੀ ਆ, ਅੱਜ ਸਾਡੇ ਕੋਲ ਜਦੋਂ ਮੌਕਾ ਤੇ ਸਾਡੇ ਇਹਨਾਂ ਨੂੰ ਖੁੱਲ੍ਹੀ ਡਿਬੇਟ ਦੇ ਵਿੱਚ ਆਉਣਾ ਚਾਹੀਦਾ, ਮੀਡੀਆ ਦੇ ਵਿੱਚ ਆ ਕੇ ਸਾਡੇ ਨਾਲ ਗੱਲ ਕਰਨੀ ਚਾਹੀਦੀ, ਸਾਡੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਜੇ ਵੋਟਾਂ ਲੈਣੀ। ਇਹ ਕਹਿੰਦੇ ਨੇ ਭਾਰਤ ਸਾਡਾ ਜਿਹੜਾ ਦੇਸ਼ ਹੈ ਆਜ਼ਾਦ ਹੋ ਗਿਆ, ਮੈਂ ਸਮਝਦਾ ਇਹ ਇੱਕ ਅੰਗਰੇਜ਼ਾਂ ਵੇਲੇ ਗੁਲਾਮ ਨਹੀਂ ਸੀ ਜਿਹੜਾ ਹੁਣ ਹੋ ਗਿਆ। ਕੀ ਅਸੀਂ ਆਪਦੇ ਉਮੀਦਵਾਰ ਨੂੰ ਸਵਾਲ ਹੀ ਨਹੀਂ ਪੁੱਛ ਸਕਦੇ? ਆਪਦੇ ਕਿਸਾਨੀ ਮਸਲਿਆਂ ਦਾ ਅਸੀਂ ਗੱਲ ਹੀ ਨਹੀਂ ਕਰ ਸਕਦੇ? ਸਾਹਮਣੇ ਸਾਡੇ ਪੁਲਿਸ ਲਿਆ ਕੇ ਖਿਲਾਰ ਦਿੰਦੇ ਨੇ ਅਤੇ ਇੱਧਰ ਸਾਨੂੰ ਕੈਦ ਕਰ ਲੈਂਦੇ ਨੇ। ਦੱਸੋ ਇਹ ਕਿਹੜੇ ਦੇਸ਼ ਆਜ਼ਾਦ ਦੀ ਅਸੀਂ ਗੱਲ ਕਰ ਰਹੇ ਹਾਂ? ਸਰਾਸਰ ਲੋਕਤੰਤਰ ਰਾਜ ਦਾ ਕਤਲ ਹੋ ਰਿਹਾ। ਜਿਹੜੇ ਆ ਸਾਡੇ ਦਲ ਬਦਲੂ ਲੀਡਰ ਨੇ, ਜਿਨ੍ਹਾਂ ਸਿਕਿਉਰਿਟੀਆਂ ਪਿੱਛੇ ਦਲ ਬਦਲੇ, ਇਹਨਾਂ ਨੂੰ ਤਾਂ ਅੱਜ ਸੁਰੱਖਿਆ ਕਵਚ ਮਿਲੇ ਹੋਏ ਨੇ, ਅਤੇ ਜਿਹੜੇ ਇਹਨਾਂ ਦਲ ਬਦਲੂਆਂ ਤੋਂ ਅਸੀਂ ਆਪਦਾ ਸਵਾਲ ਪੁੱਛਣੇ ਨੇ ਅਤੇ ਸਾਨੂੰ ਇਹਨਾਂ ਨੇ ਬੰਦੀ ਬਣਾ ਕੇ ਰੱਖਿਆ। ਇਸ ਤੋਂ ਵੱਡਾ ਲੋਕਤੰਤਰ ਰਾਜ ਦੀ ਹੱਤਿਆ ਕੀ ਹੋ ਸਕਦੀ? ਉਹ ਤਾਂ ਸਰਕਾਰ ਦੀ ਪੋਲਿਸੀ ਹੈ ਜੀ ਵੀ ਆਵਾਜ਼ ਨੂੰ, ਲੋਕਾਂ ਦੀ ਆਵਾਜ਼ ਨੂੰ, ਜਿਹੜਾ ਹੱਕ ਮੰਗਦੇ ਉਹਨਾਂ ਹੱਕਾਂ ਨੂੰ ਦਬਾਇਆ ਜਾਂਦਾ। ਅਸੀਂ ਤਾਂ ਪੁੱਛਣ ਆਏ ਸੀਗੇ ਅੱਜ ਰਾਣਾ ਸੋਢੀ ਨੂੰ ਅਤੇ ਜਾਖੜ ਸਾਹਿਬ ਨੂੰ ਵਿਸ਼ੇਸ਼ ਤੌਰ 'ਤੇ, ਸਿੰਘੂ ਮੋਟਰ ਤੁਹਾਨੂੰ ਯਾਦ ਹੈ ਕਿ ਅੱਜ ਕਿਸਾਨਾਂ ਨੂੰ MSP ਮਿਲ ਗਈ, ਜਿਹੜੇ ਤੁਸੀਂ ਮੋਦੀ ਜੀ ਦੇ ਪੈਰਾਂ ਦੇ ਵਿੱਚ ਜਾ ਕੇ ਬਹਿ ਗਏ, ਕਿ ਉਹ ਜਿਹੜੇ 750 ਕਿਸਾਨ ਜਿਹੜੇ ਸ਼ਹੀਦ ਹੋਏ ਸੀਗੇ ਉਹਨਾਂ ਨੂੰ ਇਨਸਾਫ਼ ਮਿਲ ਗਿਆ? ਇਹ ਰਾਣਾ ਸੋਢੀ ਉਹੀ ਹੈ ਜਿਹੜਾ ਇੱਥੋਂ ਪਾਣੀ ਚੋਰ ਕੇ ਸੇਮ ਨਲਿਆਂ 'ਚ ਸੁੱਟ ਕੇ, ਇੱਥੇ ਪਾਣੀ ਸਾਨੂੰ ਖੂਨ ਵਾਂਗੂ ਚਾਹੀਦਾ ਸੀਗਾ। 2017-18 ਦੇ ਵਿੱਚ ਇਹ ਰਾਣਾ ਸੋਢੀ ਕਹਿੰਦਾ ਸੀਗਾ ਵੀ ਜੇ ਸਾਡਾ ਝੋਨਾ ਮਰ ਗਿਆ ਤੁਹਾਡੇ ਬਾਗਾਂ ਦਾ ਤਾਂ ਕੀ ਹੈ,
ਬਾਗ ਤਾਂ ਫਿਰ ਹਰੇ ਹੋ ਜਾਣਗੇ, ਬਾਰਿਸ਼ ਪੈ ਜੂਗੀ। ਅਜੇ ਰਾਣਾ ਸੋਢੀ ਹਲਕਾ ਬਲਵਾਣਾ ਹਵੋਰ ਦੇ ਵਿੱਚ ਵੋਟਾਂ ਦੀ ਅਪੀਲ ਕਰਨ ਆਇਆ, ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ, ਸਾਨੂੰ ਟਾਈਮ ਨਹੀਂ ਦਵਾਇਆ। ਜਾਖੜ ਸਾਹਿਬ ਨੇ ਦਵਾਉਣਾ ਸੀ, ਕਿਹਾ ਅਸੀਂ ਪੁੱਛ ਲੈਂਦੇ ਰਾਣਾ ਸੋਢੀ ਨੂੰ ਅਤੇ ਜਾਖੜ ਸਾਹਿਬ ਨੂੰ ਵੀ ਪੁੱਛ ਲੈਂਦੇ ਵੀ ਹੁਣ ਤਾਂ ਕਿਸਾਨਾਂ ਨੂੰ ਸਾਰਾ ਇਨਸਾਫ ਮਿਲ ਗਿਆ, ਹੁਣ ਜਿਹੜੀ ਆਪਾਂ ਉਹ ਵਾਸ਼ਿੰਗ ਮਸ਼ੀਨ ਪਾਰਟੀ ਹੈ ਜਿਹੜੀ BJP ਉਹਦੇ ਵਿੱਚ ਜਾ ਕੇ ਸਾਰੇ ਸਾਫ਼ ਹੋ ਗਏ ਅਤੇ ਕਿਸਾਨ ਸਾਰੇ ਦੇਸ਼ ਦਾ ਖੁਸ਼ਹਾਲ ਹੋ ਗਿਆ। ਇੱਕ ਪਾਸੇ ਜਿਹੜਾ ਉਹ ਆਪਣੇ ਕਿਸਾਨਾਂ ਦੀ ਉਹ ਬੇਟੀਆਂ ਸੀਗੀਆਂ ਰੇਸਲਰ, ਉਹਨਾਂ ਨਾਲ ਜਿਹੜਾ ਜਬਰ ਜਨਾਹ ਕਰਨ ਵਾਲਾ ਕਿਸਾਨਾਂ ਦਾ ਕਾਤਲ ਲਖਮੀਪੁਰ ਖੀਰੀ ਵਾਲਾ, ਉਹਦੇ ਨਾਲ ਤੁਸੀਂ ਸਟਰੀਟ ਸ਼ੈਰਿੰਗ ਕਰ ਰਹੇ ਹੋ, ਪਰ ਬਹੁਤ ਵੱਡੀ ਲਾਹਨਤ ਵਾਲੀ ਗੱਲ ਰਹਿਣਾ ਕੀ ਹੈ। BJP ਬਿੱਲ 0/0 ਪੰਜਾਬ 'ਚ, ਕਿਸੇ ਕੀਮਤ 'ਚ ਅਸੀਂ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਦੇ, ਕਿਉਂਕਿ ਇਹ ਇੱਕ ਇਹ ਜਿਹੜਾ ਅੰਦੋਲਨ ਪਹਿਲਾ ਅੰਦੋਲਨ ਅਤੇ ਦੂਜਾ ਅੰਦੋਲਨ ਦੋਵਾਂ ਦੇ ਵਿੱਚ ਵੀ ਸਾਡੇ ਉੱਤੇ ਇਹਨਾਂ ਨੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ। ਅਸੀਂ ਪੰਜਾਬੀ ਉਹ ਕੌਮ ਨੇ ਜਿਹੜੇ ਪਿਛਲੇ 300 ਸਾਲਾਂ ਦਾ ਵੀ ਅਸੀਂ ਨਹੀਂ ਭੁੱਲਦੇ, ਅਸੀਂ ਕਦੇ ਨਹੀਂ ਭੁੱਲਾਂਗੇ। BJP ਨੂੰ ਕਿਸੇ ਕੀਮਤ 'ਤੇ ਨਹੀਂ ਭੁੱਲਾਂਗੇ, ਕਿਹੜਾ ਹੀ ਆ ਜੇ ਸਾਨੂੰ ਉਸ ਕੋਈ ਫਰਕ ਨਹੀਂ ਪੈਣਾ। ਸਾਹਿਬ ਬੈਠੇ ਹੈ, ਇਹਨਾਂ ਨੂੰ ਵੀ ਕੁਝ ਸਾਡੇ ਵਾਸਤੇ ਚੰਗਾ ਨਹੀਂ ਕੀਤਾ, ਉਸ ਟਾਈਮ ਇਹ ਕਾਂਗਰਸ ਸਰਕਾਰ ਸੀ ਉਹਨਾਂ ਨੇ ਵੀ ਕੁਝ ਨਹੀਂ ਕੀਤਾ, ਸਾਰੇ ਅੱਜ ਬੇਰੁਜ਼ਗਾਰ ਨੇ। ਪਾਣੀ ਦਾ ਪੁੱਛੋ, ਵੱਡੀ ਕਹਾਣੀ ਇਹ ਹੈ ਵੀ ਪੰਜਾਬ ਦੀ ਜਵਾਨੀ ਨੂੰ ਮਾਰਿਆ ਜਾ ਰਿਹਾ, ਪੀਣ ਵਾਲਾ ਪਾਣੀ ਸਾਫ਼ ਨਹੀਂ ਗਾ ਖੇਤਾਂ 'ਚ ਨਹੀਂ ਗਾ। ਹੁਣ ਆਪਾਂ ਨੂੰ ਇੱਕ ਜਿਹੜੀ ਪੀਲੀਏ ਨਾਮ ਦੀ ਬਿਮਾਰੀ ਦਾ ਸਾਹਮਣਾ, 13-13 14-14 ਸਾਲ ਦੇ ਬੱਚੇ 100% ਜਾਰੀ ਰਹੇਗਾ, ਪਿੰਡਾਂ 'ਚ ਜਾਵਾਂਗੇ ਨਾਲ ਪਿੱਛੇ ਪਿੱਛੇ ਜਾਵਾਂਗੇ।